ਅਸਲਾਮ ਅਲੈਕੁਮ ਬਾਈ ਜਾਨ, ਕੀ ਹਾਲ? ਠੀਕ ਹੋ? ਲਓ ਜੀ, ਇੱਕ ਨਿਸਾਨ ਟੈਡੀ ਜੁੜੇ ਦਾ ਸ਼ੌਂਕ ਕਰਾ ਰਿਹਾ, ਨਾਲ ਬੱਚਿਆਂ ਦਾ ਸ਼ੌਂਕ ਕਰਾਊਂਗਾ। ਜਿਸ ਭਾਈ ਨੂੰ ਇਹਦੇ ਬੱਚੇ ਚਾਹੀਦੇ ਹੋਣਗੇ, ਬੱਚੇ ਮਿਲ ਜਾਣਗੇ। ਠੀਕ ਹੈ ਮੇਰਾ ਭਾਈ, ਜੋੜਾ ਕਿਸੇ ਕੀਮਤ ਨਹੀਂ ਸੇਲ ਕਰਨਾ, ਭਾਵੇਂ ਕੋਈ ਕੱਖ ਦੇਵੇ ਤਾਂ ਭਾਵੇਂ ਕੋਈ 10 ਲੱਖ ਰੁਪਈਆ ਦੇਵੇ, ਕਿਸੇ ਕੀਮਤ ਵੀ ਮੇਰਾ ਭਾਈ ਜੋੜਾ ਨਹੀਂ ਸੇਲ ਕਰਨਾ। 28 ਨੰਬਰ ਸਾਡਾ ਜੋੜਾ ਆ, ਇਹਦੇ ਮੀਆਂ ਸਾਹਿਬ ਵਾਲਾ ਨੂਰ ਦੇ ਨਾਲ ਰਿੰਗ ਦੇਖੋ, ਇਹਦੀ ਜ਼ਮੀਨ ਦੇਖੋ, ਅੱਲਾਹ ਦੀ ਰਹਿਮਤ ਨਾਲ ਮਜ਼ਾ ਆ ਜਾਏਗਾ ਇਨਸ਼ਾਅੱਲਾ। ਲਓ ਮੇਰਾ ਭਾਈ, ਕੁੰਦੇ ਦਾ ਸ਼ੌਂਕ ਕਰੋ। ਠੀਕ ਹੈ ਜੀ, ਇਹਨਾਂ ਦੇ ਕੱਟਾਂ ਦੇ ਗੌਰ ਕਰਨੀ ਮੇਰਾ ਭਾਈ, ਟੋਟਲ ਕੱਟ ਦਿੰਦੇ ਕਬੂਤਰ, ਟੋਟਲ ਕਲੀਚ ਵਿੱਚ ਆ, ਜਾਂ 3 ਪਾਰ ਰਹਿ ਗਏ ਨੇ ਧਿਆਨ ਵਾਲੇ, ਦੁੰਬ ਸਾਰੀ ਕਲੀਚ ਵਿੱਚ ਆ। ਲਓ ਮੇਰਾ ਭਾਈ ਜਾਨ, ਦੁੰਬ ਦਾ ਸ਼ੌਂਕ ਕਰੋ। ਠੀਕ ਹੈ ਮੇਰਾ ਭਾਈ ਜਾਨ, ਕੋਈ ਫੜੀ ਨਹੀਂ ਹੁੰਦੀ। ਠੀਕ ਹੈ ਮੇਰਾ ਭਾਈ ਜਾਨ। ਲਓ ਮੇਰਾ ਭਾਈ, ਖੁਸ਼ਕ ਔਰ ਜਾਮਨੀ ਸੁਰਖ ਪੰਜੇ ਦੁੰਬ ਤੱਕ ਭਰੀਆਂ ਇਨਸ਼ਾਅੱਲਾ। ਲਓ ਮੇਰਾ ਭਾਈ, ਫੀਮੇਲ ਦਾ ਸ਼ੌਂਕ ਕਰੋ। ਠੀਕ ਹੈ ਜੀ, ਇਹ ਮੀਆਂ ਸਾਹਿਬ ਵਾਲੀ ਉਹ ਨਿਸਾਨ ਟੈਡੀ ਹੈ, ਇਹ ਸਲਾਰੇ ਟੈਡੀ ਨੇ। ਠੀਕ ਹੈ ਜੀ, ਫੀਮੇਲ ਸਲਾਰੇ ਟੈਡੀ ਲੱਗੀ ਹੋਈ ਆ। ਲਓ ਮੇਰਾ ਭਾਈ, ਕੁੰਦੇ ਦਾ ਸ਼ੌਂਕ ਕਰੋ ਅੱਲਾ ਦੀ ਰਹਿਮਤ ਦੇ ਨਾਲ। ਠੀਕ ਹੈ ਜੀ, ਲਓ ਜੀ, ਦੁੰਬ ਦਾ ਸ਼ੌਂਕ ਕਰੋ। ਠੀਕ ਹੈ ਜੀ, ਦੁੰਬ ਪੂਰੀ ਹੈ ਜੀ। ਹੈਲੋ ਜੀ, 2:30 ਵੱਜ ਗਏ ਇਨਸ਼ਾਅੱਲਾ। ਪੰਜਿਆਂ ਦਾ ਸ਼ੌਂਕ ਕਰੋ ਮੇਰਾ ਭਾਈ, ਪਰੀਆਂ ਦਾ ਸ਼ੌਂਕ ਕਰੋ। ਠੀਕ ਹੈ ਜੀ, ਲਓ ਜੀ, ਲਓ ਮੇਰਾ ਭਾਈ, ਨਿਸਾਨ ਟੈਡੀਆਂ ਦਾ ਸ਼ੌਂਕ ਕਰੋ। ਲਓ ਮੇਰਾ ਭਾਈ, ਕੁੰਦੇ ਦਾ ਸ਼ੌਂਕ ਕਰੋ। ਇਹਨੇ ਅਜੇ ਤੱਕ ਕੋਈ ਪਰ ਨਹੀਂ ਸੁੱਟਿਆ ਮੇਰਾ ਭਾਈ ਜਾਨ। ਠੀਕ ਹੈ ਜੀ, ਦੇਖ ਸਕਦੇ ਹੋ, ਹਜੇ ਤੱਕ ਕੋਈ ਪਰ ਨਹੀਂ ਸੁੱਟਿਆ। ਇਹਨੂੰ ਕਹਿੰਦੇ ਪਰ ਖੋਲੇ, ਇਹਨਾਂ ਨੂੰ ਕਹਿ ਵਿਰਲ ਲਿਆ, ਬਗਲ ਨੂੰ ਜਦਾ ਕਰ। ਠੀਕ ਹੈ ਮੇਰਾ ਭਾਈ, 10ਵੇਂ ਨੂੰ ਬਾਹਰ ਲੈ ਜੇ। ਲਓ ਮੇਰਾ ਭਾਈ, ਬਚਪਨ ਆ। ਠੀਕ ਹੈ ਜੀ, ਲਓ ਜੀ, ਲਓ ਜੀ, ਦੂਸਰੇ ਬੱਚੇ ਦੀ ਅੱਖ ਦਾ ਸ਼ੌਂਕ ਕਰੋ। ਲਓ ਮੇਰਾ ਭਾਈ, ਦੂਸਰੇ ਬੱਚੇ ਦਾ ਸ਼ੌਂਕ ਕਰੋ। ਠੀਕ ਹੈ ਜੀ, ਵੇਖੋ, ਸਟੇਡ ਅੱਲਾ ਦੀ ਰਹਿਮਤ ਦੇ ਨਾਲ। ਲਓ ਮੇਰਾ ਭਾਈ, ਠੀਕ ਹੈ ਜੀ, ਆਹ ਦੁੰਬ ਆ। ਠੀਕ ਹੈ ਜੀ, ਲਓ ਮੇਰਾ ਭਾਈ, ਸ਼ੌਂਕ ਕਰੋ ਅੱਲਾ ਦੀ ਰਹਿਮਤ ਦੇ ਨਾਲ। ਠੀਕ ਹੈ ਜੀ, ਆਹ ਇਹਨਾਂ ਦੇ ਬੱਚੇ ਖਲੋਤੇ ਆ, ਇਹਨਾਂ ਦਾ ਮਾਂ ਬਾਪ ਆ। ਠੀਕ ਹੈ ਜੀ, ਦੇਖੋ ਭਾਈ, ਕੋਸ਼ਿਸ਼ ਕਰੋ ਕਿਸੇ ਭਾਈ ਨੂੰ ਚੀਜ਼ ਦੇਵੋ, ਅੱਛੀ ਦੇਵੋ। ਦੇਖੋ ਮੇਰਾ ਭਾਈ, ਅੱਛੀ ਚੀਜ਼ ਜਿਹੜੀ ਨਾ, ਸਸਤੀ ਨਹੀਂ ਹੋ ਸਕਦੀ। ਸਾਡਾ ਦੇਣ ਹੁੰਦਾ ਕੋਈ 1,500 ਰੁਪਈਏ, 1,500 ਰੁਪਈਏ ਪਰ ਬੱਚਾ ਲੱਭ ਜੇ, ਭੈਣ ਉਹ ਕੰਮ ਨਾ ਹੁੰਦਾ ਨਹੀਂ ਹੈ। ਠੀਕ ਆ, ਨਸਲ ਦੀ ਗਰੰਟੀ ਮੇਰਾ ਭਾਈ ਜਾਨ, ਕੋਈ ਭਾਈ ਦੇਖ ਕੇ ਆਣ ਕੇ ਖੜਨਾ ਚਾਹੇ, ਬੇਸ਼ੱਕ 100 ਬਿਸਮਿਲ੍ਲਾ ਆਣ ਕੇ ਇਹਨਾਂ ਨੂੰ ਸਗੋਂ ਦੇਖ ਕੇ ਪਰਖ ਕੇ ਖੜੇ। ਅੱਲਾ ਦੀ ਰਹਿਮਤ ਨਾਲ ਬੱਚਿਆਂ ਦਾ ਹੱਡੀ ਜੋੜ ਦੱਸੀਏ, ਬੱਚਿਆਂ ਦਾ ਹੱਡੀ ਜੋੜ ਅੱਧਾ ਮੇਰਾ ਭਾਈ, ਹੱਡੀ ਜੋੜ ਦਾ ਫਾਸਲਾ 1 ਉਂਗਲ ਤੋਂ ਵੀ ਥੋੜ੍ਹਾ। ਅੱਲਾ ਦੀ ਰਹਿਮਤ ਨਾਲ ਜੋੜ ਅੱਧਾ ਹੁਣ ਵੇ ਚੱਸ ਬਣਾ ਦੇਣਵੇ, ਵੀ ਜਿਹਨਾਂ ਨੂੰ ਜੋੜ ਕਹਿੰਦੇ ਨੇ। ਠੀਕ ਆ ਭਾਈ, ਦੇਖੋ ਜੀ, ਜੋੜਾ ਲਾ ਕੇ ਆਪਣਾ ਰੂਹ ਰਾਜ਼ੀ ਨਾ ਕਰਕੇ ਮਕਸਦ ਕੀ ਆ, ਵੀ ਜੇ ਆਪਣਾ ਹੀ ਨਾ ਰੂਹ ਰਾਜ਼ੀ ਹੋਵੇ, ਮਾਂ ਬਾਪ ਤੋਂ ਅੱਛੇ ਬੱਚੇ ਨਾ ਹੋਣ। ਠੀਕ ਹੈ ਮੇਰਾ ਭਾਈ ਜਾਨ, ਬਾਕੀ ਲਓ ਮੇਰਾ ਭਾਈ ਜਾਨ, ਸ਼ੌਂਕ ਕਰ ਲਓ। ਬੱਚੇ ਕਿਸੇ ਭਾਈ ਦੀ ਸਮਝ ਆ ਜਾਣਾ, ਭਾਈ ਰਾਬਤਾ ਕਰ ਸਕਦਾ। ਠੀਕ ਹੈ ਜੀ, ਅੱਛੇ ਬੱਚਿਆਂ ਵਾਸਤੇ ਅੱਲਾ ਦੀ ਰਹਿਮਤ ਦੇ ਨਾਲ
ਔਰ ਸਾਡੇ ਜਿਤਨੇ ਜੋੜੇ ਲੱਗੇ ਨੇ 1/1 ਲੱਗੇ ਨੇ, ਠੀਕ ਹੈ ਜੀ। ਉਹ ਸਾਰਾ ਪਿੱਛੇ ਸਾਡਾ ਸਾਰਾ ਸੈਟਅਪ ਹੈ ਮੇਰਾ ਭਾਈ ਜਾਨ। ਅਲਹਮਦੁਲਿਲਾ ਜੀ, ਆਪਣੇ ਘਰ ਦੀਆਂ ਪੱਠੀਆਂ ਪੱਠੇ ਧਾਗਾ ਸਾਫ਼ ਕਰਨ ਵਾਸਤੇ, ਗਾਂ ਬਰੀਡ ਨੂੰ ਬਚਾਉਣ ਵਾਸਤੇ ਰੱਖੇ ਹੁੰਦੇ ਆ।